ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਅਸੀਂ ਰਜਿੰਦਰਗੜ੍ਹ ਹਾਈ ਸਕੂਲ ਵਿੱਚ ਪਹੁੰਚੇ ਹਾਂ ਅੱਜ ਅਸੀਂ ਇੱਥੇ ਸਕੂਲ ਦੇ ਵਿੱਚ ਸ਼ੂਜ਼ ਸੋਕਸ ਅਤੇ ਵਰਦੀਆਂ ਦੀ ਸੇਵਾ ਕਰਨ ਆਏ ਹਾਂ ਤੁਹਾਨੂੰ ਪਤਾ ਕਿ ਨਵੰਬਰ ਦਾ ਮਹੀਨਾ ਸ਼ੁਰੂ ਹੋ ਚੁੱਕਾ ਹੈ ਅਤੇ ਸਰਦੀਆਂ ਪੀਕਦੇ ਨੇ ਅਤੇ ਅਸੀਂ ਸਰਦੀਆਂ ਦੀ ਵੇਟ ਨਾ ਕਰਦੇ ਹੋਏ ਪਹਿਲਾਂ ਤੋਂ ਹੀ ਬੱਚਿਆਂ ਨੂੰ ਸਵੈਟਰ ਦੀ ਸੇਵਾ ਕਰਨ ਆਏ ਹਾਂ ਤਾਂ ਕਿ ਇਹ ਠੰਡ ਤੋਂ ਬਚ ਸਕਣ ਮੈਂ ਤੁਹਾਨੂੰ ਦਿਖਾਉਣਾ ਚਾਹਾਂਗੀ ਜਦ ਅਸੀਂ ਸਕੂਲ 'ਚ ਪਹੁੰਚੇ ਜੋ ਬੱਚੇ ਚੱਪਲਾਂ ਪਾ ਕੇ ਸਕੂਲ ਆਏ ਹੋਏ ਹਨ ਠੰਡ ਦੀ ਸ਼ੁਰੂਆਤ ਹੋ ਚੁੱਕੀ ਹੈ ਬਟ ਫਿਰ ਵੀ ਇਹ ਚੱਪਲਾਂ ਪਾਉਣ 'ਤੇ ਮਜਬੂਰ ਹਨ ਜੋ ਬੱਚੇ ਸ਼ੂਜ਼ ਪਾ ਕੇ ਆਏ ਹਨ ਉਹਨਾਂ ਦੇ ਸ਼ੂਜ਼ ਦੀ ਹਾਲਤ ਮੈਂ ਤੁਹਾਨੂੰ ਦਿਖਾ ਦਿੰਦੀ ਹਾਂ ਇਹ ਦੇਖੋ ਇਹਨਾਂ ਦੇ ਸ਼ੂਜ਼ ਦੀ ਹਾਲਤ ਦੇਖੋ ਤੁਸੀਂ ਸਰਦੀਆਂ ਸਟਾਰਟ ਨੇ ਬਟ ਇਹ ਫਿਰ ਵੀ ਸਵੈਟਰ ਨਹੀਂ ਪਾ ਕੇ ਆ ਰਹੇ ਕਿਉਂਕਿ ਇਹ ਮਜਬੂਰ ਹਨ ਇਹ ਲੋੜਵੰਦ ਬੱਚੇ ਹਨ ਜੋ ਕਿ ਇਹ ਸਾਰਾ ਕੁਛ ਅਫੋਰਡ ਨਹੀਂ ਕਰ ਸਕਦੇ ਸੋ ਅਸੀਂ ਇੱਥੇ ਸੇਵਾ ਕਰਨ ਆਏ ਹਾਂ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਸਰਕਾਰ ਦੀ ਐਜੂਕੇਸ਼ਨ ਸਿਸਟਮ 'ਤੇ ਥੋੜ੍ਹੀ ਨਜ਼ਰ ਮਰਵਾਉਣਾ ਚਾਹੁੰਦੀ ਹਾਂ ਸਰਕਾਰ ਵੱਲੋਂ ਜੋ ਗ੍ਰਾਂਟ ਆਉਂਦੀ ਹੈ ਉਹ ਸਿਰਫ 400 ਰੁਪਈਆ ਹੈ ਅਤੇ ਉਹਦੇ ਵਿੱਚ ਵੀ ਸ਼ੂਜ਼ ਇਨਕਲੂਡ ਨਹੀਂ ਹਨ ਤੁਸੀਂ ਸੋਚ ਸਕਦੇ ਹੋ ਮਹਿੰਗਾਈ ਇੰਨੀ ਵੱਧ ਚੁੱਕੀ ਹੈ 400 ਰੁਪਏ ਦੇ ਵਿੱਚ ਇਹ ਬੱਚੇ ਕੀ ਖਰੀਦਣਗੇ ਸਕੂਲਾਂ ਦੇ ਵਿੱਚ ਪਿਛਲੇ 2-2 ਸਾਲਾਂ ਤੋਂ ਗ੍ਰਾਂਟ ਨਹੀਂ ਆ ਰਹੀ ਮੈਂ ਸਰ ਤੋਂ ਪੁੱਛਣਾ ਚਾਹਾਂਗੀ ਕਿ ਕਿੰਨੇ ਟਾਈਮ ਤੋਂ ਗ੍ਰਾਂਟ ਨਹੀਂ ਆਈ ਹਾਂਜੀ ਜਿਵੇਂ ਕਿ ਪਤਾ ਕਿ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਸਾਰੀਆਂ ਕੁੜੀਆਂ ਪਹਿਲੀ ਤੋਂ ਲੈ ਕੇ 8ਵੀਂ ਤੱਕ ਅਤੇ ਰਿਜ਼ਰਵ ਕੈਟਾਗਰੀ ਦੇ ਮੁੰਡੇ ਉਹ ਵੀ ਐਸ ਸੀ ਕੈਟਾਗਰੀ ਦੇ ਉਹਨਾਂ ਨੂੰ ਵਰਦੀ ਮਿਲਦੀ ਹੈ ਪਰ ਪਿਛਲੇ 2 ਸਾਲਾਂ ਤੋਂ ਜਿਹੜੀ ਨਹੀਂ ਆ ਰਹੀ ਅਤੇ ਇਸ ਸਾਲ ਜਿਹੜਾ ਹੈ ਸਰਕਾਰ ਨੇ ਵਿਦਿਆਰਥੀ ਦੇ ਖਾਤੇ ਮੰਗੇ ਹੈ 8ਵੀਂ ਕਲਾਸ ਤੱਕ ਅਤੇ 9ਵੀਂ ਦੀ ਟੋਟਲੀ ਕੋਈ ਯਾਨੀ ਕਿ ਪ੍ਰੋਵੀਜ਼ਨ ਹੈ ਨਹੀਂ ਕੋਈ ਹਦਾਇਤੇ ਨਹੀਂ ਹੈ ਕਿ 9ਵੀਂ ਨੂੰ ਵੀ ਆਉਣੀ ਹੈ 10ਵੀਂ ਨੂੰ ਵੀ ਹਦਾਇਤਾਂ ਨਹੀਂ ਹੈ ਅਤੇ ਗਰੀਬ ਪਰਿਵਾਰਾਂ ਦੇ ਵਿਦਿਆਰਥੀ ਹੈ ਜੀ ਅਤੇ ਸਾਨੂੰ ਜਿਹੜੀ ਸੰਸਥਾ ਸਹਿਯੋਗ ਦੇ ਰਹੀ ਹੈ ਅਸੀਂ ਇਹਨਾਂ ਦੇ ਬਹੁਤ ਰੀਣੀ ਹੈ ਜਿਵੇਂ ਕਿ ਸਰ ਨੇ ਦੱਸਿਆ ਕਿ ਅਜੇ ਸਰਕਾਰਾਂ ਨੇ ਖਾਤੇ ਮੰਗੇ ਹੀ ਹਨ ਸਰਦੀਆਂ ਸ਼ੁਰੂ ਹੋ ਚੁੱਕੀਆਂ ਹਨ ਕਦੋਂ ਗ੍ਰਾਂਟ ਆਏਗੀ ਕਦੋਂ ਇਹ ਬੱਚਿਆਂ ਨੂੰ ਸਾਰਾ ਕੁਝ ਪ੍ਰੋਵਾਈਡ ਹੋਏਗਾ ਉਦੋਂ ਤੱਕ ਤਾਂ ਸਰਦੀਆਂ ਖਤਮ ਵੀ ਹੋ ਚੁੱਕੀਆਂ ਹੋਣਗੀਆਂ ਜੋ ਸਰਕਾਰ ਵੱਲੋਂ ਗ੍ਰਾਂਟ ਆਉਂਦੀ ਹੈ ਉਹ ਸਿਰਫ 8ਵੀਂ ਕਲਾਸ ਦੇ ਬੱਚਿਆਂ ਤੱਕ ਹੈ ਉਸ ਵਿੱਚ ਵੀ ਕੁੜੀਆਂ ਸਾਰੀਆਂ ਇਨਕਲੂਡ ਹਨ ਅਤੇ ਜੋ ਮੁੰਡੇ ਹਨ ਉਹ ਰਿਜ਼ਰਵਡ ਕੈਟਾਗਰੀ ਦੇ ਵਿੱਚ ਆਉਂਦੇ ਹਨ ਉਹਨਾਂ ਨੂੰ ਇਹ ਗ੍ਰਾਂਟ ਮਿਲਦੀ ਹੈ ਉਸ ਤੋਂ ਵੱਡੇ ਬੱਚਿਆਂ ਵਾਸਤੇ ਕੋਈ ਵੀ ਗ੍ਰਾਂਟ ਨਹੀਂ ਹੈ ਅਤੇ 8ਵੀਂ ਤੋਂ ਬਾਅਦ ਕੁੜੀਆਂ ਦਾ ਡਰੋਪ ਰੇਟ ਪੜ੍ਹਾਈ ਛੱਡਣ ਦਾ ਇੰਨਾ ਜ਼ਿਆਦਾ ਵੱਧ ਜਾਂਦਾ ਹੈ ਕਿਉਂਕਿ ਉਹ ਮਜਬੂਰ ਹੁੰਦੀਆਂ ਹਨ ਕਿਉਂਕਿ ਉਹਨਾਂ ਦੇ ਜੋ ਮੁੱਢਲੇ ਲੋੜਾਂ ਹਨ ਰੋਟੀ ਕੱਪੜਾ ਅਤੇ ਮਕਾਨ ਉਹ ਸਿਰਫ ਉਸ 'ਤੇ ਕੰਸਨਟਰੇਟ ਕਰਦੇ ਹਨ ਐਜੂਕੇਸ਼ਨ 'ਤੇ ਕੰਸਨਟਰੇਟ ਬਿਲਕੁਲ ਨਹੀਂ ਕਰ ਪਾਉਂਦੇ ਇਹੀ ਸਾਡੇ ਸਮਾਜ ਦੀ ਨੀਂਹ ਹਨ ਇਹ ਇਹਨਾਂ 'ਚੋਂ ਹੀ ਕੱਲ੍ਹ ਡਾਕਟਰ ਇੰਜੀਨੀਅਰ ਸਾਰੇ ਇਹਨਾਂ 'ਚੋਂ ਹੀ ਬਣ ਕੇ ਨਿਕਲਣਗੇ ਅੱਗੇ ਜੇ ਸਾਡੀ ਨੀਂਹ ਹੀ ਕਮਜ਼ੋਰ ਹੋਵੇਗੀ ਤਾਂ ਮਕਾਨ ਕਿਵੇਂ ਬਣੇਗਾ ਸੋ ਮੇਰੀ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਤੁਸੀਂ ਕਿਰਪਾ ਕਰਕੇ ਵੱਧ ਚੜ੍ਹ ਕੇ ਅੱਗੇ ਆਇਆ ਕਰੋ ਵਾਹਿਗੁਰੂ ਜੀ ਕੀ ਫਤਿਹ